ਹੋਵੇਗੀ ਤਾਂ ਸਕੂਲ ਵੀ ਵੱਧ ਚਾਹੀਦੇ ਨੇ, ਟੀਚਰ ਵੀ ਵੱਧ ਚਾਹੀਦੇ ਨੇ। ਇਹ ਪਹਿਲੀ ਸਰਕਾਰ ਦੇਖੀ ਆ ਜਿਹੜੀ ਕਹਿੰਦੀ 800 ਸਕੂਲ ਬੰਦ ਕਰ ਦਿਓ। ਸਰਕਾਰ ਆਉਂਦੀ ਹੈ ਜਿਹੜੇ ਵਾਅਦੇ ਕਰਕੇ ਆਉਂਦੇ ਆ, ਜਿਹੜੀ ਸਾਡੇ ਵੱਲੋਂ ਜਿਹੜੀ ਆਟਾ ਦਾਲ ਦੀ ਸਕੀਮ ਸਕੂਲਾਂ ਦੇ ਵਿੱਚ ਮਿਡ ਡੇ ਮੀਲ ਚੱਲਦੀ ਸੀ, ਕੇਂਦਰ ਸਰਕਾਰ ਤੋਂ ਪੈਸਾ ਆਉਂਦਾ ਉਹ ਵੀ ਬੰਦ ਹੈ। ਆਟਾ ਦਾਲ ਸਕੀਮ ਬੰਦ ਹੈ, ਨੌਕਰੀਆਂ ਦੀਆਂ ਤਨਖਾਹਾਂ ਬੰਦ ਹੈ। ਔਰ ਚੱਲਦਾ ਕੀ ਹੈ? ਚੱਲਦਾ ਜਿਹੜਾ ਉਹ ਧੱਕਾ, ਕਰਪਸ਼ਨ, ਠੱਗੀਆਂ ਐਸੀਆਂ ਚੱਲਦੀਆਂ। ਔਰ ਜਿੱਥੇ ਸਾਡੇ ਵਿੱਤ ਮੰਤਰੀ ਉਹ ਕਦੇ ਤਾਂ ਕਹਿੰਦੇ ਆ ਕਿ ਸਾਡੇ ਕੋਲ ਖਜ਼ਾਨਾ ਹੈ ਨਹੀਂ, ਕਦੇ ਕੁਛ ਕਹਿੰਦੇ ਆ। ਕੈਪਟਨ ਕੁਛ ਕਹਿ ਜਾਂਦਾ, ਮੰਤਰੀ ਉਹਦਾ ਆਣ ਕੇ ਗੱਲ ਪਲਟ ਦਿੰਦਾ, ਔਰ ਸਵੇਰ ਨੂੰ ਕੈਬਨਿਟ 'ਚ ਜਾਂਦੇ ਫੈਸਲਾ ਕੁਛ ਹੋਰ ਹੀ ਹੋਇਆ ਹੁੰਦਾ। ਕੋਈ ਇੱਕ ਆਦਮੀ ਇਸ ਦੀ ਕਾਬਲੀਅਤ ਦਾ ਵੀ ਵਿਅਕਤੀ ਨਹੀਂ ਹੈ ਜਿਹੜਾ ਇਹ ਕਹਿ ਸਕੇ ਕਿ ਅਸੀਂ ਇਸ ਤਰੀਕੇ ਦੀ ਪੰਜਾਬ ਨੂੰ ਨੁਹਾਰ ਬਦਲ ਸਕਦੇ। ਸਿਰਫ ਇੰਨਾ ਆਉਂਦਾ ਕਿ ਜਿਹੜੇ ਵਿੱਤ ਮੰਤਰੀ ਨੂੰ ਕਿਸੇ ਦੀ ਅੰਗਰੇਜ਼ੀ ਨਹੀਂ ਅਫਸਰਾਂ ਦੀ ਸਮਝ ਆਉਂਦੀ। ਪਹਿਲੀ ਵਾਰ ਅਸੀਂ ਸੁਣਿਆ ਕਿ ਉਹ ਕਹਿੰਦਾ IAS ਅਫਸਰ ਜਿਹਨਾਂ ਦੀ ਮੈਨੂੰ ਅੰਗਰੇਜ਼ੀ ਨਹੀਂ ਸਮਝ ਆਉਂਦੀ। ਹੁਣ ਅਫਸਰਾਂ ਨੂੰ ਪੁੱਛੀਏ ਉਹ ਕਹਿੰਦੇ ਇਹਨੂੰ ਸਾਡੀ ਅੰਗਰੇਜ਼ੀ ਨਹੀਂ ਸਮਝ ਆਉਂਦੀ, ਸਾਨੂੰ ਇਹਦੀ ਅਰਬੀ ਅਤੇ ਫਾਰਸੀ ਨਹੀਂ ਸਮਝ ਆਉਂਦੀ ਕਿਉਂਕਿ ਉਹ ਅਰਬੀ ਅਤੇ ਫਾਰਸੀ ਬੋਲਦਾ, ਪੰਜਾਬੀ ਉਹਨੂੰ ਵੀ ਚੱਜਣਾ ਨਹੀਂ ਆਉਂਦੀ। ਇਹ ਸਾਰਾ ਹਾਲ ਦੇਖ ਲਿਆ। ਦੂਸਰੇ ਪਾਸੇ ਜਿਹਨਾਂ ਦੇ ਪਾਂਟੀ ਬਬਲੀ ਦੀ ਗੱਲ ਕਰਦੇ ਸੀ, ਉਹਦੇ ਨਾਲ ਦੇ ਸਾਥੀ ਜਿਹੜੇ ਆ ਉਹਨਾਂ ਨੇ ਲੋਕਲ ਬਾਡੀ ਦੇ ਵਿੱਚ, ਜੇ ਸਾਡੇ ਇੱਥੇ ਬੈਠੇ ਨੇ ਜੋਸ਼ੀ ਸਾਹਿਬ, ਜੋਸ਼ੀ ਸਾਹਿਬ ਨੇ ਆਪਣਾ ਉੱਥੇ ਅੰਮ੍ਰਿਤਸਰ ਦਾ ਜਿਹੜਾ ਹਾਲ ਤੁਸੀਂ ਸਾਰੇ ਦੇਖ ਲਿਓ ਕਿਹੋ ਜਿਹਾ ਬਣਾ। ਪਰ ਉਸੇ ਅੰਮ੍ਰਿਤਸਰ 'ਚ ਉਹ ਹੈ, ਅੱਜ ਉਹਦੇ ਹਲਕੇ ਦੇ ਵਿੱਚ ਕਚਰਾ ਥਾਂ ਥਾਂ ਪਿਆ, ਪਾਣੀ ਬੰਦ, ਸੀਵਰੇਜ ਬੰਦ, ਕੁਛ ਵੀ ਨਹੀਂ ਉੱਥੇ। ਔਰ ਉਹਨੂੰ ਵੀ ਪੁੱਛੋ ਕਰਨਾ ਕੀ ਹੈ, ਉਹ ਕਹਿੰਦਾ ਬਸ ਇੱਕੋ ਕੰਮ ਕਰੋ। ਕਿਹੜਾ? ਠੋਕੋ ਤਾਲੀ। ਇਸ ਤੋਂ ਇਲਾਵਾ ਹੋਰ ਕੱਖ ਕੰਮ ਨਹੀਂ ਲੱਭਾ ਉਹਨੇ ਪੂਰੇ ਇੱਕ ਸਾਲ ਦੇ ਵਿੱਚ। ਕੋਈ ਇੱਕ ਬੰਦਾ, ਮੈਂ ਕਈ ਵਾਰੀ ਜਿਹੜੇ ਮੀਡੀਆ ਦੇ ਸਾਥੀਆਂ ਨੂੰ ਵੀ ਕਿਹਾ, ਮੈਂ ਕਿਹਾ ਤੁਹਾਨੂੰ ਕੋਈ ਕਿਸੇ ਨੇ ਕੰਮ ਕੀਤਾ ਹੋਵੇ ਤੇ ਐਸਾ ਤੁਹਾਡੇ ਧਿਆਨ 'ਚ ਲਿਆ ਦਿਓ, ਤੁਸੀਂ ਸਾਨੂੰ ਦੱਸ ਦਿਓ, ਅਸੀਂ ਆਪਣੀ ਗਲਤੀ ਮੰਨ ਲਾਂਗੇ। ਅਸੀਂ ਵੀ ਆਪਣੀ ਗਲਤੀ ਮੰਨ ਲਾਂਗੇ, ਅਸੀਂ ਗਲਤ ਕਿਹਾ। ਪਰ ਕੋਈ ਇੱਕ ਐਸੀ ਚੀਜ਼ ਤਾਂ ਦਿਖਾ ਦਿਓ ਜਿਹੜੀ ਲੋਕਲ ਬਾਡੀ ਨੇ ਕੀਤੀ ਹੋਵੇ, ਜਿਹੜੀ ਸਿੱਖਿਆ ਵਿਭਾਗ ਨੇ ਕੀਤੀ ਹੋਵੇ, ਜੇ ਕਿਸੇ ਨੇ ਟੈਕਨੀਕਲ ਐਜੂਕੇਸ਼ਨ ਨੇ ਕੁਛ ਬਣਾਇਆ ਹੋਵੇ। ਹੈਲਥ ਮਿਨਿਸਟਰੀ ਦਾ ਇਦੋਂ ਵੀ ਬੁਰਾ ਹਾਲ ਹੈ, ਔਰ ਜਿਹੜੇ ਹਸਪਤਾਲ ਬਣਾਉਣੇ ਤਾਂ ਕੀ ਸੀ, ਡਾਕਟਰ ਭਰਤੀ ਕਰਨੇ ਤਾਂ ਕੀ ਸੀ, ਜਿਹੜੇ ਸੀਗੇ ਉਹ ਵੀ ਬੰਦ ਕਰ ਦਿੱਤੇ। ਅੱਜ ਹਰ ਪਾਸੇ ਜਿਹੜੀ ਬੰਦ ਦੀ ਆਵਾਜ਼ ਤੁਹਾਨੂੰ ਸਾਨੂੰ ਸੁਣਦੀ, ਔਰ ਲੋਕਾਂ ਨੂੰ ਮਜਬੂਰ ਕੀਤਾ ਧਰਨੇ ਲਾਉਣ ਲਈ, ਸੜਕਾਂ ਜਾਮ ਕਰਨ ਲਈ। ਔਰ ਮੈਨੂੰ ਅੱਜ ਤਾਂ ਹੋਰ ਹੈਰਾਨੀ ਹੋਈ, ਅੱਜ ਅਸੀਂ ਸਰਕਾਰ ਦਾ ਢੋਲ ਵਜਾ ਰਹੇ ਹਾਂ ਪੋਲ ਖੋਲ੍ਹਣ ਲਈ, ਅਤੇ ਮੈਨੂੰ ਇਹ ਪਤਾ ਲੱਗਾ ਕਿ ਸਾਡੇ ਰਾਸਤੇ ਦੇ ਵਿੱਚ ਚਾਰ ਟੀਆਰ ਇੱਥੇ ਕੋਈ ਨਹੀਂ, ਕਿ ਕਾਂਗਰਸ ਹੀ ਆਣ ਕੇ ਰਾਜ ਧਰਨਾ ਲਾਉਣ ਡਏ ਆ ਸਾਡੇ ਖਿਲਾਫ ਕਿ ਤੁਸੀਂ ਇਹ ਪੋਲ ਕਿਉਂ ਖੋਲ੍ਹ। ਉਹ ਪਹਿਲਾਂ ਕੰਮ ਕਰਨ ਜੋਗੇ ਤੁਸੀਂ ਕੁਛ ਨਹੀਂ, ਉੱਠ ਨਾ ਹੋਵੇ ਫਿੱਟੇ ਮੂੰਹ ਗੋਡਿਆਂ ਦਾ, ਤਾਂ ਸੁਣਿਆ ਅਸੀਂ ਕਹਾਵਤ ਪਿੰਡਾਂ 'ਚ ਬਹੁਤ ਸੁਣਦੀਆਂ ਹੁੰਦੀਆਂ ਇੱਦਾਂ ਦੀਆਂ। ਪਰ ਉਹ ਆਪ ਉਹਨਾਂ ਕੋਲ ਕੁਛ ਕਰ ਨਹੀਂ ਦੇਣਾ, ਔਰ ਜਿਹੜੇ ਕਰਦੇ ਸੀ ਉਹਨਾਂ ਲਈ ਤੁਸੀਂ ਇਸ ਤਰ੍ਹਾਂ ਦੇ ਵਿਚਾਰ ਰੱਖ ਦਿਓ। ਸੋ ਸਾਥੀਓ, ਅੱਜ ਲੋੜ ਜਿਹੜੀ ਹੈ, ਅੱਜ ਲੋੜ ਜਿਹੜੀ ਸਾਨੂੰ ਢੋਲ ਵਜਾ ਕੇ ਸਿਰਫ ਅੱਜ ਦੇ ਦਿਨ ਤੱਕ ਗੱਲ ਖਤਮ ਨਹੀਂ ਕਰ ਦੇਣੀ, ਇਹ ਜੋਸ਼ ਜਿਹੜਾ ਅੱਜ ਸਾਨੂੰ ਨਜ਼ਰ ਆ ਰਿਹਾ ਇਹ ਤੁਹਾਨੂੰ ਹੁਣ ਬਣਿਆ ਰਹਿਣਾ ਚਾਹੀਦਾ, ਔਰ ਇਹ ਜੋਸ਼ ਉਦੋਂ ਤੱਕ ਬਣਿਆ ਰਹਿਣਾ ਚਾਹੀਦਾ ਜਦੋਂ ਤੱਕ ਆਪਾਂ ਇਸ ਸਰਕਾਰ ਨੂੰ ਚੱਲਦਾ ਨਹੀਂ ਕਰਦੇ। ਬਾਕੀ ਜਿੱਥੇ ਤੱਕ ਮਜੀਠੀਆ ਸਾਹਿਬ ਕਹਿ ਰਿਹਾ ਸੀ ਕਿ ਇੱਥੇ ਆਪਾਂ ਚੁਣਾਵ ਇਕੱਠੇ ਕਰਾ ਦਈਏ, ਤੇ ਮੈਂ ਕਹਿੰਦਾ ਕਿ ਇਹਦੇ 'ਚ ਵੀ ਹੱਲੇ ਕੋਈ ਗੁੰਜਾਇਸ਼ ਜਾਣੀ ਸੋਚਿਆ ਜਾ ਸਕਦਾ ਪੂਰੀ ਤਰ੍ਹਾਂ ਗਰਮੀ ਜੋਸ਼ੀ, ਐਸਾ ਕੋਈ ਮੰਜ ਨਹੀਂ, ਸ਼ਾਇਦ ਐਸਾ ਵੀ ਹੋ ਜਾਏ। ਔਰ ਮੈਂ ਕਹਿੰਦਾ ਕਿ ਕੀ ਪਤਾ ਤੁਹਾਡੀ ਮਨ ਦੀ ਮੁਰਾਦ ਪੂਰੀ ਹੋ ਜਾਏ, ਪਰਮਾਤਮਾ ਕਰੇ ਤੁਹਾਡੀ ਵੀ। ਪਰ ਸਰਕਾਰ ਇਸ ਬਾਰੇ ਸੋਚ ਰਹੀ ਹੈ ਕਿ ਅਸੀਂ ਲੋਕ ਸਭਾ, ਕਿਉਂਕਿ 5 ਸਾਲ ਹੋ ਗਏ, 5 ਸਾਲ ਕੇਂਦਰ ਸਰਕਾਰ ਨੇ ਚੁਣਾਵਾਂ 'ਚ ਨਿਘਾਰਤੇ ਆ, ਹੁਣ ਤੁਹਾਡੇ ਤ੍ਰਿਪੁਰਾ ਹੋ ਕੇ ਹਟੇ ਆ।